ਉਹ ਮੇਰੇ ਮਾਮੇ ਨੇ ਜੀ ਫੋਨ ਕੀਤਾ ਸੀ ਮੇਰੀ ਮੰਮੀ ਨੂੰ ਵੀ ਮੇਰੀ ਮੁੰਡਿਆਂ ਨਾਲ ਲੜਾਈ ਹੋ ਗਈ ਪੱਪੂ ਦੇ ਢਾਬੇ 'ਤੇ ਮਲੋਡ ਰੋਡ ਕੋਲ ਅਤੇ ਮੇਰੀ ਮੰਮੀ ਤਾਂ ਜੀ ਮੇਰੇ ਮਾਮੇ ਨੂੰ ਛੁਡਾਉਣ ਵਾਸਤੇ ਗਈ ਸੀਗੀ ਉੱਥੇ ਅਤੇ ਜੀ ਉਹ ਜਿਹੜੇ ਚਾਰ ਮੁੰਡੇ ਸੀਗੇ ਜਿਨ੍ਹਾਂ ਨਾਲ ਮੇਰੇ ਮਾਮੇ ਦੀ ਲੜਾਈ ਸੀ ਉਹਨਾਂ ਨੇ ਗੱਡੀ ਲੋਡ ਕੀਤੀ ਉਹ ਭੱਜ ਗਏ ਕੋਈ ਵੀ ਬੰਦਾ ਉਹਨਾਂ 'ਚ ਨਹੀਂ ਫੜਿਆ ਗਿਆ ਜੀ ਕੋਈ ਵੀ ਬੰਦਾ ਫੜਿਆ ਗਿਆ ਸਾਨੂੰ ਇਨਸਾਫ ਚਾਹੀਦਾ ਜੀ ਬਸ ਜੇ ਤੱਕ ਉਹ ਫੜੇ ਨਹੀਂ ਜਾਂਦੇ ਅਸੀਂ ਲਾਸ਼ ਨਹੀਂ ਚੱਕਣੀ ਜੀ ਇੱਥੋਂ ਸਾਨੂੰ ਚਾਹੇ ਧਰਨੇ ਲਾਉਣੇ ਪੈਣ ਜੀ ਬਸ ਮੇਰੇ ਉੱਪਰ ਲੜਾਉਂਦੇ ਸੀਗੇ ਮੇਰਾ ਤਾਂ ਗਈ ਮੇਰੇ ਪੈਰ ਚੜ੍ਹੀ ਆ ਥੋੜ੍ਹੀ ਮੇਰੀ ਮੇਰੀ ਭੈਣ ਹਾਂਜੀ ਅਰਜਨ ਮੇਰਾ ਨਾਂ ਜੀ ਮਾਰਫੇਟ ਕੋਲ ਰਹਿਣ ਵਾਲਾ ਜੀ ਰਾਤ ਸਾਡੀ ਲੜਾਈ ਹੋਈ ਜੀ ਇਹ ਚਾਰ ਜਣੇ ਸੀਗੇ ਜੀ ਮੇਰੀ ਲੜਾਈ ਸੀ ਮੈਂ ਜੀ ਭੈਣ ਨੂੰ ਫੋਨ ਕਰਕੇ ਸੱਦਿਆ ਇਹ ਚਾਰ ਜਣੇ ਸੀਗੇ ਇਹਨਾਂ ਨੂੰ ਮੈਂ ਪਹਿਲਾਂ ਮੈਂ ਕਿਹਾ ਜੀ ਵੀ ਤੁਸੀਂ ਰਹਿਣ ਨਹੀਂ ਛੱਡੋ ਜੀ ਇਹਨਾਂ ਨੇ ਗੁੱਸੇ 'ਚ ਪਹਿਲਾਂ ਤਾਂ ਮੈਨੂੰ ਧੱਕੇ ਧੁੱਕੇ ਮਾਰੇ ਬਾਅਦ 'ਚ ਇਹਨਾਂ ਨੇ ਕੀਤਾ ਗੱਡੀ ਲੋਡ ਕਰਕੇ ਚਾਹੇ ਬਹਿ ਕੇ ਵਿੱਚੇ ਗੱਡੀ ਦੇ ਦੀਪੂ ਸੀਗਾ ਜੀ ਅਤੇ ਗੋਰਾ ਸੀਗਾ ਜੀ ਸੁਰਿੰਦਰ ਸੀਗਾ ਕਾਲਾ ਸੀਗਾ ਜੀ ਅਤੇ ਬਬਲੀ ਸੀਗਾ ਠੀਕ ਹੈ ਜੀ ਇਸ ਪੰਜੇ ਜਣੇ ਨੇ ਗੱਡੀ ਉੱਪਰ ਚੜ੍ਹਾ ਤੀ ਮੇਰੇ ਉੱਪਰ ਚੜ੍ਹਾਉਂਦੇ ਸੀਗੇ ਮੇਰਾ ਤਾਂ ਗਿਆ ਹੀ ਮੇਰੇ ਪੈਰ ਚੜ੍ਹੀ ਆ ਥੋੜ੍ਹੀ ਮੇਰੀ ਮੇਰੀ ਭੈਣ ਚੜ੍ਹਾ ਤੀ ਫਿਰ ਉਹਨੇ ਜੀ ਫਿਰ ਪਹਿਲਾਂ ਇੱਕ ਚੜ੍ਹਾਈ ਫਿਰ ਬੈਕ ਕਰਕੇ ਚੜ੍ਹਾਈ ਦੇ ਨਾਲ ਫਿਰ ਸਾਹਿਬ ਤੁਹਾਨੂੰ ਇਨਸਾਫ ਚਾਹੀਦਾ ਜੀ ਜਿਹੜੀ ਕਾਰਵਾਈ ਬਣਦੀ ਉਹਨਾਂ ਦੇ ਕੀਤੀ ਜਾਵੇ ਕੀ ਨਾਮ ਹੈ ਕੁੜੀਆ ਮੇਰਾ ਨਾਮ ਜੀ ਸਵਿਤਾ ਮੇਰੀ ਮਾਤਾ ਦਾ ਨਾਮ ਮਾਲਾ ਦੇਵੀ ਆ ਅਤੇ ਕੱਲ੍ਹ ਸਾਡੀ ਮੇਰੀ ਮੰਮੀ ਦੀ ਲੜਾਈ ਹੋ ਗਈ ਸੀ ਜੀ ਮੇਰੇ ਮਾਮੇ ਨਾਲ ਲੜਾਈ ਹੋਈ ਸੀ ਜੀ ਕਿਸੇ ਮੁੰਡਿਆਂ ਨਾਲ ਅਤੇ ਉਹ ਮੇਰੇ ਮਾਮੇ ਨੇ ਜੀ ਫੋਨ ਕੀਤਾ ਸੀ ਮੇਰੀ ਮੰਮੀ ਨੂੰ ਵੀ ਮੇਰੀ ਮੁੰਡਿਆਂ ਨਾਲ ਲੜਾਈ ਹੋ ਗਈ ਪੱਪੂ ਦੇ ਢਾਬੇ 'ਤੇ ਮਲੋਡ ਰੋਡ ਕੋਲ ਅਤੇ ਮੇਰੀ ਮੰਮੀ ਤਾਂ ਜੀ ਮੇਰੇ ਮਾਮੇ ਨੂੰ ਛੁਡਾਉਣ ਵਾਸਤੇ ਗਈ ਸੀਗੀ ਉੱਥੇ ਅਤੇ ਜੀ ਉਹ ਜਿਹੜੇ ਚਾਰ ਮੁੰਡੇ ਸੀਗੇ ਜਿਨ੍ਹਾਂ ਨਾਲ ਮੇਰੇ ਮਾਮੇ ਦੀ ਲੜਾਈ ਸੀ ਉਹਨਾਂ ਨੇ ਗੱਡੀ ਲੋਡ ਕੀਤੀ ਅਤੇ ਮੇਰੀ ਮੰਮੀ ਦੇ ਵਿੱਚ ਮਾਰੀ ਪਹਿਲਾਂ ਤਾਂ ਜਦੋਂ ਮੇਰੀ ਮੰਮੀ ਨੀਚੇ ਡਿੱਗ ਗਈ ਫਿਰ ਉਹਨਾਂ ਨੇ ਬੈਕ ਕਰਕੇ ਮੇਰੀ ਮੰਮੀ ਦੀ ਗੱਡੀ ਉੱਪਰ ਚੜ੍ਹਾ ਤੀ ਫਿਰ ਕੀ ਹੋਇਆ ਜੀ ਉਸ ਤੋਂ ਬਾਅਦ ਜੀ ਅਸੀਂ ਉਹਨਾਂ ਨੂੰ ਸਰਕਾਰੀ ਹਸਪੀਟਲ 'ਚ ਲਿਆ ਗਿੱਦੜਵਾ ਫਿਰ ਉਹਨਾਂ ਨੇ ਰੈਫਰ ਕੀਤਾ ਬਠਿੰਡੇ ਬਠਿੰਡੇ ਉਹਨਾਂ ਦੀ ਮੌਤ ਹੋ ਗਈ ਹਾਂਜੀ ਕੀ ਘਟਨਾ ਹੋਈ ਹੈ ਜੀ ਤੁਹਾਡਾ ਕੀ ਨਾਮ ਹੈ ਅਤੇ ਕੀ ਘਟਨਾ ਹੋਈ ਹੈ ਮੇਰਾ ਨਾਮ ਜੋਤੀ ਰਾਣੀ ਹੈ ਜੀ ਅਤੇ ਮੇਰੀ ਭੈਣ ਸੀ ਮਾਲਾ ਦੇਵੀ ਜੀ ਮੇਰੇ ਭਰਾ ਨੂੰ ਛੁਡਾਉਣ ਗਈ ਸੀ ਮੇਰੇ ਭਰਾ ਨੂੰ ਢਾਬੇ ਕੋਲ ਲੜਾਈ ਹੋਈ ਜਾਂਦੀ ਸੀ ਜੀ ਅਤੇ ਮੇਰੇ ਭੈਣ ਦੇ ਉੱਤੇ ਗੱਡੀ ਚੜ੍ਹਾਤੀ ਜੀ ਉਹਨਾਂ ਨੇ ਚਾਰ ਬੰਦੇ ਸੀਗੇ ਜੀ ਉੱਥੇ ਅਤੇ ਬਸ ਉਹਨਾਂ ਨੇ ਬੈਕ ਕਰਕੇ ਦੋ ਵਾਰੀ ਗੱਡੀ ਚੜ੍ਹਾਈ ਮੇਰੀ ਭੈਣ ਦੇ ਉੱਥੇ ਬਸ ਸਾਹ ਨਿਕਲੇ ਹਸਪਤਾਲ ਮੁੱਕ ਤਾਂ ਉੱਥੇ ਗਈ ਸੀ ਇੱਕ ਹਿਸਾਬ ਦੀ ਜੀ ਫਿਰ ਕੀ ਹੋਇਆ ਜੀ ਫਿਰ ਕੀ ਹੋਣਾ ਜੀ ਉਹ ਭੱਜ ਗਏ ਕੋਈ ਵੀ ਬੰਦਾ ਉਹਨਾਂ 'ਚ ਨਹੀਂ ਫੜਿਆ ਗਿਆ ਜੀ ਕੋਈ ਵੀ ਬੰਦਾ ਫੜਿਆ ਗਿਆ ਸਾਨੂੰ ਇਨਸਾਫ ਚਾਹੀਦਾ ਜੀ ਬਸ ਜੇ ਤੱਕ ਉਹ ਫੜੇ ਨਹੀਂ ਜਾਂਦੇ ਅਸੀਂ ਲਾਸ਼ ਨਹੀਂ ਚੱਕਣੀ ਜੀ ਇੱਥੋਂ ਸਾਨੂੰ ਚਾਹੇ ਧਰਨੇ ਲਾਉਣੇ ਪੈਣ ਜੀ ਬਸ ਸਾਨੂੰ ਇਨਸਾਫ ਚਾਹੀਦਾ ਨਿੱਕੇ ਨਿੱਕੇ ਦੋ ਜਵਾਕ ਉਹਦੇ ਰੁੱਲ ਗਏ ਜੀ ਮੈਂ ਸੁਨੀਲ ਕੁਮਾਰ ਆ ਜੀ ਗਿੱਦੜਵੇ ਦਾ ਰਹਿਣ ਵਾਲਾ ਜੀ ਮੇਰੇ ਸਾਲੇ ਦੀ ਰਾਤ ਲੜਾਈ ਹੋਈ ਹੈ ਮੇਰੀ ਘਰ ਵਾਲੀ ਉੱਥੇ ਗਈ ਹੈ ਮੇਰੇ ਸਾਲੇ ਨੇ ਬੁਲਾਇਆ ਜੀ ਅਤੇ ਉੱਥੇ ਧੱਕਾ ਮੁੱਕੀ ਹੋਈ ਹੈ ਜੀ ਮੇਰੇ ਸਾਲੇ ਉੱਤੇ ਗੱਡੀ ਚੜ੍ਹਾਉਂਦੇ ਸੀਗੇ ਪਰ ਉਹ ਪਾਸੇ ਹੋ ਗਿਆ ਜੀ ਮੇਰੀ ਘਰ ਵਾਲੀ ਦੇ ਉੱਤੇ ਚੜ੍ਹਾ ਤੀ ਮੈਂ ਬੈਕ ਕਰਕੇ ਦੁਬਾਰੇ ਗੱਡੀ ਚੜ੍ਹਾ ਕੇ ਉਹ ਭੱਜ ਗਏ ਜੀ ਅਸੀਂ ਉੱਥੇ ਜਿਹੜੇ ਲੋਕ ਇਕੱਠੇ ਹੋਏ ਸੀ ਉਹ ਲੈ ਕੇ ਸਿਵਲ ਹੋਸਪਿਟਲ 'ਚ ਆਏ ਜੀ ਉਦੋਂ ਬਾਅਦ ਰੈਫਰ ਕਰਤਾ ਜੀ ਉੱਥੇ ਬਠਿੰਡੇ ਜੀ ਉਦੋਂ ਬਾਅਦ ਇੱਥੇ ਵਾਪਸ ਲੈ ਕੇ ਆਏ ਜੀ ਸਿਵਲ ਹੋਸਪਿਟਲ ਹੁਣ ਕੀ ਮੰਗ ਕਰਦੇ ਹੋ ਸਾਨੂੰ ਇਨਸਾਫ ਚਾਹੀਦਾ ਜੀ ਸਾਡੀ ਇਹੀ ਮੰਗ ਹੈ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਹੈ